ਮੈਂ ਧੰਨਵਾਦ ਕਰਾਂਗਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪਾਰਟੀ ਦੇ ਮੈਂਬਰਾਂ ਦਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਜਿਨ੍ਹਾਂ ਨੇ ਵਿਸ਼ਵਾਸ ਰੱਖਿਆ ਔਰ ਇਹ ਜਿਹੜੀ ਸਾਨੂੰ ਸੇਵਾ ਦਿੱਤੀ ਗਈ ਹੈ ਦਿੱਲੀ ਦੀ ਸੰਗਤ ਵੱਲੋਂ ਦਿੱਤੀ ਗਈ ਹੈ, ਕਿਉਂਕਿ ਵੱਖ ਵੱਖ ਇਲਾਕੇ ਦੇ ਸੰਗਤਾਂ ਦੇ ਰਿਪ੍ਰੈਜੈਂਟੇਟਿਵ ਇੱਥੇ ਆਏ ਨੇ, ਮੈਂਬਰ ਜਿਹੜੇ ਚੁਣ ਕੇ ਆਉਂਦੇ, ਉਹਨਾਂ ਵੱਲੋਂ ਜਿਹੜੀ ਇਹ ਸੰਗਤ ਦਿੱਤੀ ਹੋਈ ਹੈ। ਮੈਂ ਇੰਨਾ ਕੀ ਕਹਾਂਗਾ ਕਿ ਨਾ ਉਹਨਾਂ ਨੂੰ ਕੋਈ ਨਮੋਸ਼ੀ ਹੋਏਗੀ, ਕਿਉਂਕਿ ਜਿਹੜਾ ਸਿਸਟਮ ਪਾਰਦਰਸ਼ੀ ਨਾਲ ਕੰਮ ਕਰਨ ਦਾ ਔਰ ਸੰਗਤਾਂ ਦੇ ਸਹਿਯੋਗ ਨੂੰ ਨਾਲ ਲੈ ਕੇ ਕਰਨ ਦਾ, ਅਸੀਂ ਉਹਨੂੰ ਅਡੋਪਟ ਕਰਾਂਗੇ। ਸਰ, ਕਮੇਟੀ ਵੱਡੀ ਵੱਡੀ ਦੇ ਬਾਰੇ ਸੌਂਪ ਗਈ ਹੈ, ਜੋਇੰਟ ਸੈਕਟਰੀ ਦੀ, ਕੀ ਕਹਿਣਾ ਚਾਹੋਗੇ? ਅੱਗੇ ਵੀ ਅੱਗੇ ਬੜੇ ਕਮੇਟੀ ਪ੍ਰੋਗਰਾਮ ਹੋਰ ਆ ਰਹੇ ਨੇ, ਸਾਡੇ 5 ਸਾਲ ਸ਼ਤਾਬਦੀ ਆ ਰਹੀ ਹੈ। ਦੇਖੋ, ਸਭ ਤੋਂ ਪਹਿਲਾਂ ਤਾਂ ਸਭ ਤੋਂ 550 ਸਾਲ ਸ਼ਤਾਬਦੀ ਦੇ ਜਿਹੜੇ ਪ੍ਰੋਗਰਾਮ ਨੇ ਸਾਡੇ ਕਰਾਉਣਾ, ਕਿਉਂਕਿ ਪੂਰੇ ਵਿਸ਼ਵ ਦੀ ਜਿਹੜੀ ਨਜ਼ਰਾਂ ਨੇ ਹਮੇਸ਼ਾ ਦਿੱਲੀ 'ਤੇ ਰਹੀਆਂ ਔਰ ਦਿੱਲੀ ਦੇ ਵਿੱਚ ਪਿਛਲੇ 6 ਸਾਲਾਂ ਤੋਂ ਸਾਡੀ ਟੀਮ ਨੇ ਬਹੁਤ ਵੱਡੇ ਮੱਲਾਂ ਮਾਰੀਆਂ ਨੇ, ਵੱਡੇ ਕੰਮ ਕੀਤੇ ਨੇ, ਇਸ ਕਰਕੇ ਉਸ ਨੂੰ ਮਨਾਉਣਾ ਔਰ ਸੰਗਤਾਂ ਨੂੰ ਦੇ ਗੱਲਾਂ ਦੇ ਉੱਤੇ ਪੂਰਾ ਖਰਾ ਉਤਰਨਾ ਕਿ ਕਿਹੋ ਜਿਹੀ ਮਰਿਆਦਾ ਦੇ ਹਿਸਾਬ ਦੇ ਨਾਲ ਇਹ ਪ੍ਰੋਗਰਾਮ ਕੀਤੇ ਜਾਣ, ਔਰ ਉਹਦੇ ਇਲਾਵਾ ਜਿਹੜਾ ਸਭ ਤੋਂ ਵੱਡਾ ਸਾਡਾ ਕੰਮ, ਜਿਹੜੀ ਸਾਡੀ ਜਿਹੜੀ ਕੌਮ ਦੀ ਜਦਾਦ ਹੈ ਉਹ ਜਿਹੜੀ ਖਰਾਬ ਪਈ ਹੈ ਬਾਲਾ ਸਾਹਿਬ ਹਸਪਤਾਲ ਦੀ, ਉਹਨੂੰ ਅਸੀਂ ਬਾਬਾ ਬਚਨ ਜੀ ਦੇ ਸਹਿਯੋਗ ਦੇ ਨਾਲ ਪਾਸ ਕਰਨ ਦਾ ਜਿੱਥੇ ਮਤਾ ਵੀ ਪਾਸ ਕੀਤਾ।